ਸਰ ਸੁਖਬੀਰ ਸਿੰਘ ਬਾਦਲ ਹੋਰਾਂ ਵੱਲੋਂ ਨਵੀਂ ਕੋਰ ਕਮੇਟੀ ਬਣਾਉਣ ਦਾ ਐਲਾਨ ਤਾਂ ਇਸ ਤਰ੍ਹਾਂ ਲੱਗਦਾ ਜਿਵੇਂ ਮਰ ਜਾਓ ਚਿੜੀਓ ਜੀ ਜਾਓ ਚਿੜੀਓ, ਕਦੇ ਬਣਾ ਲਓ ਕਦੇ ਢਾ ਲਓ। ਜਵਾਕ ਖੇਡਦੇ ਹੁੰਦੇ ਸੀ, ਮਿੱਟੀ ਦੇ ਘਰ ਬਣਾ ਲੈਂਦੇ ਸੀ, ਢਾ ਲੈਂਦੇ ਸੀ, ਉਹ ਕੰਮ ਅੱਜ ਪਾਰਟੀ ਦਾ ਕਰਿਆ ਹੋਇਆ। ਅਤੇ ਪਹਿਲੀ ਗੱਲ ਤਾਂ ਇਹ ਲੱਗ ਰਿਹਾ ਵੀ ਪੁਰਾਣੀ ਕੋਰ ਕਮੇਟੀ ਭੰਗ ਕਰਨ ਦਾ ਇੱਕੋ ਇੱਕ ਮਨਸੂਬਾ ਲੱਗਦਾ ਸੀ ਵੀ ਜਿਹੜੇ ਸੱਚ ਕਹਿਣ ਵਾਲੇ ਨੇ, ਰੋਕਣ ਵਾਲੇ, ਟੋਕਣ ਵਾਲੇ, ਗਲਤ ਪਾਸੇ ਜਾਣ ਤੋਂ ਪਾਰਟੀ ਨੂੰ, ਉਹਨਾਂ ਲੋਕਾਂ ਨੂੰ ਦੂਰ ਕਰਨ ਲਈ ਸੀ। ਅਤੇ ਦੂਜਾ ਜਾਂ ਇਹ ਲੱਗ ਰਿਹਾ ਵੀ ਪਰਿਵਾਰ ਦੇ ਮੈਂਬਰਾਂ ਨੂੰ ਨਵੀਂ ਕਮੇਟੀ ਵਿੱਚ ਜਗ੍ਹਾ ਦੇਣ ਲਈ ਸੀ। ਹੋਰ ਤਾਂ ਕੋਈ ਨਵੀਂ ਗੱਲ ਨਜ਼ਰ ਨਹੀਂ ਆ ਰਹੀ। ਅਤੇ ਸਵਾਲ ਤਾਂ ਇਹ ਹੋ ਰਿਹਾ ਵੀ ਅੱਜ ਜਿਹੜੀ ਚਿੰਤਾ, ਅੱਜ ਜਿਹੜਾ ਮਾਹੌਲ ਆ, ਅੱਜ ਜਿਹੜਾ ਵਾਤਾਵਰਨ ਪੈਦਾ ਹੋਇਆ ਪੰਜਾਬ ਦੇ ਦੇਸ਼ ਅਤੇ ਦੁਨੀਆ ਭਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪ੍ਰਤੀ, ਉਹਦੇ ਲਈ ਤਾਂ ਇੱਕੋ ਇੱਕ ਹੈ ਵੀ ਸਰ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਤਿਆਗ ਦੀ ਭਾਵਨਾ ਦਿਖਾ ਕੇ ਪ੍ਰਧਾਨਗੀ ਤੋਂ ਲਾਭੇ ਹੋ। ਅਤੇ ਉਹ ਜਿਹੜੀ ਗੱਲ ਦੀ ਜ਼ਰੂਰਤ ਆ ਉਹ ਕਰ ਨਹੀਂ ਰਹੇ, ਅਤੇ ਜਿਹੜੇ ਤੋਂ ਸਰ ਸਕਦਾ ਉਹਦੇ ਪਾਸੇ ਲੱਗੇ ਹੋਏ ਨੇ। ਇਹੀ ਤ੍ਰਾਸਦੀ ਆ, ਇਹੀ ਦੁੱਖ ਆ, ਇਸੇ ਕਰਕੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਨਿਘਾਰ ਵੱਲ ਆ ਰਿਹਾ। ਸਰ ਸੁਖਬੀਰ ਸਿੰਘ ਬਾਦਲ ਹੋਰਾਂ ਵੱਲੋਂ ਨਵੀਂ ਕੋਰ ਕਮੇਟੀ ਬਣਾਉਣ ਦਾ ਐਲਾਨ ਤਾਂ ਇਸ ਤਰ੍ਹਾਂ ਲੱਗਦਾ ਜਿਵੇਂ ਮਰ ਜਾਓ ਚਿੜੀਓ ਜੀ ਜਾਓ ਚਿੜੀਓ, ਕਦੇ ਬਣਾ ਲਓ ਕਦੇ ਢਾ ਲਓ। ਜਵਾਕ ਖੇਡਦੇ ਹੁੰਦੇ ਸੀ, ਮਿੱਟੀ ਦੇ ਘਰ ਬਣਾ ਲੈਂਦੇ ਸੀ, ਢਾ ਲੈਂਦੇ ਸੀ, ਉਹ ਕੰਮ ਅੱਜ ਪਾਰਟੀ ਦਾ ਕਰਿਆ ਹੋਇਆ। ਅਤੇ ਪਹਿਲੀ ਗੱਲ ਤਾਂ ਇਹ ਲੱਗ ਰਿਹਾ ਵੀ ਪੁਰਾਣੀ ਕੋਰ ਕਮੇਟੀ ਭੰਗ ਕਰਨ ਦਾ ਇੱਕੋ ਇੱਕ ਮਨਸੂਬਾ ਲੱਗਦਾ ਸੀ ਵੀ ਜਿਹੜੇ ਸੱਚ ਕਹਿਣ ਵਾਲੇ ਨੇ, ਰੋਕਣ ਵਾਲੇ, ਟੋਕਣ ਵਾਲੇ, ਗਲਤ ਪਾਸੇ ਜਾਣ ਤੋਂ ਪਾਰਟੀ ਨੂੰ, ਉਹਨਾਂ ਲੋਕਾਂ ਨੂੰ ਦੂਰ ਕਰਨ ਲਈ ਸੀ। ਅਤੇ ਦੂਜਾ ਜਾਂ ਇਹ ਲੱਗ ਰਿਹਾ ਵੀ ਪਰਿਵਾਰ ਦੇ ਮੈਂਬਰਾਂ ਨੂੰ ਨਵੀਂ ਕਮੇਟੀ ਵਿੱਚ ਜਗ੍ਹਾ ਦੇਣ ਲਈ ਸੀ। ਹੋਰ ਤਾਂ ਕੋਈ ਨਵੀਂ ਗੱਲ ਨਜ਼ਰ ਨਹੀਂ ਆ ਰਹੀ। ਅਤੇ ਸਵਾਲ ਤਾਂ ਇਹ ਹੋ ਰਿਹਾ ਵੀ ਅੱਜ ਜਿਹੜੀ ਚਿੰਤਾ, ਅੱਜ ਜਿਹੜਾ ਮਾਹੌਲ ਆ, ਅੱਜ ਜਿਹੜਾ ਵਾਤਾਵਰਨ ਪੈਦਾ ਹੋਇਆ ਪੰਜਾਬ ਦੇ ਦੇਸ਼ ਅਤੇ ਦੁਨੀਆ ਭਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪ੍ਰਤੀ, ਉਹਦੇ ਲਈ ਤਾਂ ਇੱਕੋ ਇੱਕ ਹੈ ਵੀ ਸਰ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਤਿਆਗ ਦੀ ਭਾਵਨਾ ਦਿਖਾ ਕੇ ਪ੍ਰਧਾਨਗੀ ਤੋਂ ਲਾਭੇ ਹੋ। ਅਤੇ ਉਹ ਜਿਹੜੀ ਗੱਲ ਦੀ ਜ਼ਰੂਰਤ ਆ ਉਹ ਕਰ ਨਹੀਂ ਰਹੇ, ਅਤੇ ਜਿਹੜੇ ਤੋਂ ਸਰ ਸਕਦਾ ਉਹਦੇ ਪਾਸੇ ਲੱਗੇ ਹੋਏ ਨੇ। ਇਹੀ ਤ੍ਰਾਸਦੀ ਆ, ਇਹੀ ਦੁੱਖ ਆ, ਇਸੇ ਕਰਕੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਨਿਘਾਰ ਵੱਲ ਆ ਰਿਹਾ। ਸਰ ਸੁਖਬੀਰ ਸਿੰਘ ਬਾਦਲ ਹੋਰਾਂ ਵੱਲੋਂ ਨਵੀਂ ਕੋਰ ਕਮੇਟੀ ਬਣਾਉਣ ਦਾ ਐਲਾਨ ਤਾਂ ਇਸ ਤਰ੍ਹਾਂ ਲੱਗਦਾ ਜਿਵੇਂ ਮਰ ਜਾਓ ਚਿੜੀਓ ਜੀ ਜਾਓ ਚਿੜੀਓ, ਕਦੇ ਬਣਾ ਲਓ ਕਦੇ ਢਾ ਲਓ। ਜਵਾਕ ਖੇਡਦੇ ਹੁੰਦੇ ਸੀ, ਮਿੱਟੀ ਦੇ ਘਰ ਬਣਾ ਲੈਂਦੇ ਸੀ, ਢਾ ਲੈਂਦੇ ਸੀ, ਉਹ ਕੰਮ ਅੱਜ ਪਾਰਟੀ ਦਾ ਕਰਿਆ ਹੋਇਆ। ਅਤੇ ਪਹਿਲੀ ਗੱਲ ਤਾਂ ਇਹ ਲੱਗ ਰਿਹਾ ਵੀ ਪੁਰਾਣੀ ਕੋਰ ਕਮੇਟੀ ਭੰਗ ਕਰਨ ਦਾ ਇੱਕੋ ਇੱਕ ਮਨਸੂਬਾ ਲੱਗਦਾ ਸੀ ਵੀ ਜਿਹੜੇ ਸੱਚ ਕਹਿਣ ਵਾਲੇ ਨੇ, ਰੋਕਣ ਵਾਲੇ, ਟੋਕਣ ਵਾਲੇ, ਗਲਤ ਪਾਸੇ ਜਾਣ ਤੋਂ ਪਾਰਟੀ ਨੂੰ, ਉਹਨਾਂ ਲੋਕਾਂ ਨੂੰ ਦੂਰ ਕਰਨ ਲਈ ਸੀ। ਅਤੇ ਦੂਜਾ ਜਾਂ ਇਹ ਲੱਗ ਰਿਹਾ ਵੀ ਪਰਿਵਾਰ ਦੇ ਮੈਂਬਰਾਂ ਨੂੰ ਨਵੀਂ ਕਮੇਟੀ ਵਿੱਚ ਜਗ੍ਹਾ ਦੇਣ ਲਈ ਸੀ। ਹੋਰ ਤਾਂ ਕੋਈ ਨਵੀਂ ਗੱਲ ਨਜ਼ਰ ਨਹੀਂ ਆ ਰਹੀ। ਅਤੇ ਸਵਾਲ ਤਾਂ ਇਹ ਹੋ ਰਿਹਾ ਵੀ ਅੱਜ ਜਿਹੜੀ ਚਿੰਤਾ, ਅੱਜ ਜਿਹੜਾ ਮਾਹੌਲ ਆ, ਅੱਜ ਜਿਹੜਾ ਵਾਤਾਵਰਨ ਪੈਦਾ ਹੋਇਆ ਪੰਜਾਬ ਦੇ ਦੇਸ਼ ਅਤੇ ਦੁਨੀਆ ਭਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪ੍ਰਤੀ, ਉਹਦੇ ਲਈ ਤਾਂ ਇੱਕੋ ਇੱਕ ਹੈ ਵੀ ਸਰ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਤਿਆਗ ਦੀ ਭਾਵਨਾ ਦਿਖਾ ਕੇ ਪ੍ਰਧਾਨਗੀ ਤੋਂ ਲਾਭੇ ਹੋ। ਅਤੇ ਉਹ ਜਿਹੜੀ ਗੱਲ ਦੀ ਜ਼ਰੂਰਤ ਆ ਉਹ ਕਰ ਨਹੀਂ ਰਹੇ, ਅਤੇ ਜਿਹੜੇ ਤੋਂ ਸਰ ਸਕਦਾ ਉਹਦੇ ਪਾਸੇ ਲੱਗੇ ਹੋਏ ਨੇ। ਇਹੀ ਤ੍ਰਾਸਦੀ ਆ, ਇਹੀ ਦੁੱਖ ਆ, ਇਸੇ ਕਰਕੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਨਿਘਾਰ ਵੱਲ ਆ ਰਿਹਾ।